ਸਤਿ ਸ੍ਰੀ ਅਕਾਲ ਸਾਥੀਓ, ਤੁਹਾਡਾ ਆਪਣਾ ਵਰਿੰਦਰ ਬਿੱਟੂ ਇਸ ਸਮੇਂ ਲਾਈਵ ਹੋਇਆ ਜੀ। ਲਾਈਵ ਹੋਣ ਦਾ ਜਿਹੜਾ ਰੀਜ਼ਨ ਹੈ ਉਹ ਇਹਨਾਂ ਕਾਂਗਰਸ ਪਾਰਟੀ ਦੇ ਜਿਹੜੇ ਮੈਂ ਕਹੂੰਗਾ ਗੁੰਡੇ ਪਾਲੇ ਹੋਏ ਨੇ ਭਾਸੋਂ ਦੇ ਵਿੱਚ, ਉਹਨਾਂ ਦੇ ਉੱਤੇ ਮੈਂ ਅੱਜ ਤੁਹਾਡੇ ਨਾਲ ਚਰਚਾ ਕਰਨੀ ਹੈ। ਸਾਧੂ ਧਰਮਸੋਤ ਦੇ ਰਿਸ਼ਤੇਦਾਰ ਭਾਸੋਂ ਰਹਿੰਦੇ ਨੇ, ਕਿਉਂਕਿ ਸਾਧੂ ਧਰਮਸੋਤ ਜਿਹੜਾ ਕੈਬਨਿਟ ਮੰਤਰੀ ਹੈ ਪੰਜਾਬ ਦਾ, ਉਹਦੀ ਬੇਟੀ ਭਾਸੋਂ ਵਿਆਹੀ ਹੋਈ ਹੈ ਅਤੇ ਉਹਦੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੂੰ ਬੜਾ ਸੇਕ ਲੱਗਿਆ ਹੋਇਆ ਕਿ ਭਾਸੋਂ ਦੇ ਵਿੱਚ ਜਿਹੜੀ ਚਿੱਟੇ ਦੀ ਆਪਾਂ ਲਾਈਵ ਵੀਡੀਓ ਬਣਾਈ ਹੈ ਉਹਦਾ ਬਹੁਤ ਸੇਕ ਲੱਗਿਆ ਹੋਇਆ, ਕਿਉਂਕਿ ਇਹਨਾਂ ਦੀਆਂ ਜਿਹੜੀਆਂ ਆਮਦਨਾਂ ਨੇ ਉਹ ਆਮਦਨਾਂ ਬੰਦ ਹੋ ਗਈਆਂ ਨਾ, ਇਸ ਲਈ ਸੇਕ ਲੱਗਿਆ ਹੋਇਆ। ਪਹਿਲਾਂ ਤਾਂ ਅੱਜ ਮੈਂ ਆਪਣੇ, ਮੇਰਾ ਬੇਟਾ 3 ਸਾਲ ਦਾ, ਛੋਟਾ ਬੇਟਾ ਮੇਰਾ, ਉਹ ਘਰ ਦੇ ਵਿੱਚ ਜਿੱਦ ਕਰ ਰਿਹਾ ਸੀਗਾ ਕਿ ਪਾਪਾ ਬਾਹਰੇ ਜਾਣਾ, ਘੁੰਮ ਕੇ ਆਉਣਾ। ਤੇ ਮੈਂ ਸੋਚਿਆ ਵੀ ਐਕਟਿਵਾ ਦੀ ਗੇੜਾ ਕਢਵਾ ਦਿੰਦੇ ਹਾਂ, ਐਕਟਿਵਾ ਤੇ ਮੈਂ ਬਿਠਾਇਆ। ਜਦੋਂ ਉਹਨੂੰ ਗੇੜਾ ਕਢਵਾਉਣ ਗਿਆ ਤਾਂ ਸਾਧੂ ਧਰਮਸੋਤ ਦਾ ਜਿਹੜਾ ਜਵਾਈ ਆ ਉਹਦਾ ਭਰਾ ਹੈ ਬਲਵੀਰ ਸਿੰਘ, ਉਸਨੇ ਕੀ ਕਰਿਆ ਜੀ, ਪਹਿਲਾਂ ਤਾਂ ਗੱਡੀ ਉਸਨੇ ਭਜਾ ਕੇ ਮੇਰੀ ਐਕਟਿਵਾ ਦੇ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਤੋਂ ਬਾਅਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਉਸਨੇ ਆਪਣੀ ਗੱਡੀ ਰੋਕ ਕੇ, ਉਸਨੇ ਥੁੱਕਿਆ ਤੇ ਥੁੱਕ ਕੇ ਗਾਲ ਕੱਢੀ ਅਤੇ ਉਸ ਤੋਂ ਬਾਅਦ ਮੈਂ ਵੀ ਗਾਲ ਕੱਢੀ ਅਤੇ ਮੈਂ ਇਹ ਵੀ ਗੱਲ ਬੋਲੀ ਕਿ ਜਿਹੜੀ ਮਰਦਾਨਗੀ ਹੁੰਦੀ ਹੈ ਨਾ ਉਹ ਤਾਂ ਸਿੱਧਾ ਹਿੱਕ ਚ ਵੱਜਣੀ ਹੁੰਦੀ ਹੈ। ਛੋਟਾ ਬੱਚਾ ਨਾਲ ਹੈ, ਛੋਟੇ ਬੱਚੇ ਦੇ ਸਾਹਮਣੇ, ਉਹ ਵੀ 3 ਸਾਲ ਦਾ ਬੱਚਾ, 3 ਸਾਲ ਦਾ ਮੇਰਾ ਬੱਚਾ ਨਾਲ ਹੋਵੇ ਅਤੇ ਤੁਸੀਂ ਇੱਥੇ ਆਉਂਦੇ ਹੋ, ਆ ਕੇ ਗੱਡੀ ਰੋਕਦੇ ਹੋ, ਪਹਿਲਾਂ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਘੱਟੋ ਘੱਟ ਜੇ ਤੁਸੀਂ ਬੰਦੇ ਨਾਲ ਲੜਨਾ ਜਿਗਰਾ ਦਾ ਰੱਖੋ, ਜਾਂ ਤਾਂ ਸਿੱਧਾ ਆ ਕੇ ਹਿੱਕ ਦੇ ਵਿੱਚ ਵੱਜੋ, ਜੇ ਲੜਨਾ ਹੀ ਹੈ ਸਿੱਧਾ ਹਿੱਕ ਦੇ ਵਿੱਚ ਵੱਜੋ। ਇਹ ਅੱਖਾਂ ਨਾ ਤਾਂ ਕਦੇ ਡਰੀਆਂ ਨੇ, ਨਾ ਕਦੇ ਡਰਨਾ, ਨਾ ਕੋਈ ਡਰ ਨਾ ਦੀ ਕੋਈ ਚੀਜ਼ ਮੇਰੀ ਜ਼ਿੰਦਗੀ ਚ ਹੈਗੀ ਹੈ। ਆਪਾਂ ਤਾਂ ਕੱਫਣ ਸਿਰ ਤੇ ਬੰਨ ਕੇ ਨਿਕਲਦੇ ਹਾਂ ਘਰੋਂ ਜਦੋਂ ਵੀ ਨਿਕਲਦੇ ਹਾਂ, ਪਰ ਬੱਚਾ ਸੀਗਾ ਨਾਲ, ਹਲਕੀ ਜਿਹੀ ਟੈਨਸ਼ਨ ਹੋਈ ਕਿ ਬੱਚਾ ਨਾਲ ਹੈ, ਛੋਟਾ ਹੈ, ਘਬਰਾ ਜੂਗਾ। ਪਰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਜੇ ਲੜਨਾ ਹੁੰਦਾ ਨਾ, ਲੜਨ ਵਾਸਤੇ ਵੀ ਇੱਕ ਮਰਦਾਨਗੀ ਹੁੰਦੀ ਹੈ, ਠੀਕ ਹੈ। ਜੇ ਲੜਨਾ ਸੀਗਾ, ਮੈਂ ਵੈਸੇ ਵੀ ਸਾਰਾ ਦਿਨ ਭਾਸੋਂ ਰਹਿੰਦਾ ਹਾਂ, ਨਾਭੇ ਜਾਂਦਾ ਹਾਂ, ਮੇਰੇ ਨਾਲ ਬਥੇਰੇ ਯਾਰ ਦੋਸਤ ਮਿੱਤਰ ਵੀ ਹੁੰਦੇ ਆ, ਉਦੋਂ ਰੋਕ ਲਓ। ਇੱਕ ਐਕਟਿਵਾ ਦੇ ਉੱਤੇ ਜਦੋਂ ਮੈਂ ਆਪਣੇ ਬੱਚੇ ਦੇ ਨਾਲ ਜਾ ਰਿਹਾ ਹਾਂ, ਉਦੋਂ ਤੁਸੀਂ ਡਰਾਉਣ ਦੀ ਕੋਸ਼ਿਸ਼ ਕੀਤੀ, ਨਾ ਤਾਂ ਕਦੇ ਪਹਿਲਾਂ ਡਰਿਆ ਸੀਗਾ, ਖੋਲ ਦੋ ਦਰਵਾਜ਼ਾ, ਕੋਈ ਨੀ, ਲਾਈਟ ਭੱਜੀ ਹੈ, ਕੋਈ ਨੀ, ਨਾ ਤਾਂ ਕਦੇ ਪਹਿਲਾਂ ਡਰਿਆ, ਨਾ ਕਦੇ ਹੁਣ ਡਰਨਾ। ਅਤੇ ਦੂਜੀ ਗੱਲ ਇਹ, ਜੋਰਾ ਮੇਰਾ ਭਰਾ ਹੈ ਛੋਟਾ, ਮੇਰੀ ਜਿੰਦ ਜਾਨ ਹੈ, ਬਹੁਤ ਪਿਆਰ ਕਰਦਾ ਹੈ, ਮੇਰੇ ਪਰਿਵਾਰ ਦਾ ਮੈਂਬਰ ਹੈ। ਸੋ ਹੁਣ ਇਹ ਗੱਡੀ ਲਾ ਕੇ ਮੇਰੀ ਆਫਿਸ ਦੇ ਵਿੱਚ, ਸਾਡੇ ਉੱਥੇ ਸਾਡੀ ਗਰਾਜ ਬਣੀ ਹੋਈ ਹੈ ਪਿਛਲੇ ਪਾਸੇ, ਉੱਥੇ ਗੱਡੀ ਲਾਉਣ ਗਿਆ ਸੀਗਾ, ਲਾ ਕੇ ਜਦੋਂ ਆ ਰਿਹਾ ਇਹਨੂੰ ਘੇਰ ਲਿਆ, ਇਹੀ ਸਾਧੂ ਧਰਮਸੋਤ ਦੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੇ ਘੇਰ ਕੇ ਇਹਨੂੰ ਗਾਲਾਂ ਕੱਢੀਆਂ ਨੇ, ਮੈਨੂੰ ਫੋਨ ਕੀਤਾ ਜਦੋਂ ਮੈਂ ਉੱਥੇ ਗਿਆ ਤਾਂ ਉਦੋਂ ਭੱਜ ਗਏ। ਸੋ ਇਹ ਵੀਡੀਓ ਹੈ ਜਿਹੜੀ ਪਾਉਣ ਦਾ ਰੀਜ਼ਨ ਇਹ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਇਹਨਾਂ ਚਿਹਰਿਆਂ ਦੀ ਸੱਚਾਈ ਦਾ, ਤੇ ਇਹਨਾਂ ਦਾ ਚਿਹਰਾ ਬੇਨਕਾਬ ਹੋਵੇ। ਪਤਾ ਲੱਗ ਗਿਆ ਨਾ ਹੁਣ ਤਾਂ ਤੁਹਾਨੂੰ, ਅਗਰ ਇਹ ਸਾਡੇ ਗੱਲ ਪੈ ਰਹੇ ਨੇ ਜਾਂ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ, ਤਾਂ ਉਸਦਾ ਕਾਰਨ ਤਾਂ ਸਾਫ ਸਾਫ ਹੈ ਕਿ ਇਹ ਲੋਕ ਆਪ ਇਨਵੋਲਵ ਨੇ, ਸ਼ਹਿਰ ਦੇ ਵਿੱਚ ਜਿਹੜਾ ਚਿੱਟਾ ਵਿਕਦਾ ਉਹਦੇ ਵਿੱਚ ਇਨਵੋਲਵ ਨੇ। ਮੈਂ ਤਾਂ ਪਹਿਲਾਂ ਵੀ ਕਹਿੰਦਾ ਸੀ, ਮੈਂ ਅੱਜ ਵੀ ਕਹਿੰਦਾ ਕਿ ਇਹ ਜਿਹੜਾ ਚਿੱਟਾ ਹੈ ਇਹ ਸਾਧੂ ਧਰਮਸੋਤ ਦੇ ਹੁਕਮਾਂ ਦੇ ਅਨੁਸਾਰ ਹਲਕੇ ਚ ਵਿਕਦਾ ਤੇ ਇਹਦੇ ਰਿਸ਼ਤੇਦਾਰ ਇਨਵੋਲਵ ਨੇ। ਮੈਂ ਹੁਣ ਫੇਰ ਕਹਿ ਰਿਹਾ ਹਾਂ, ਮੈਨੂੰ ਮਾਰੋ, ਮੈਨੂੰ ਰੋਕੋ ਜਿੱਥੇ ਰੋਕਣਾ, ਪਰ 3 ਸਾਲ ਦਾ ਬੱਚਾ ਮੇਰਾ ਨਾਲ ਹੈ, ਤੁਸੀਂ ਮੇਰੀ ਐਕਟਿਵਾ ਰੋਕ ਕੇ ਡਰਾਉਣ ਦੀ ਕੋਸ਼ਿਸ਼ ਕੀਤੀ, ਨਾ ਮੈਂ ਉੱਥੇ ਡਰਿਆ, ਉਦੋਂ ਵੀ ਮੈਂ ਇਹੀ ਗੱਲ ਕਹੀ ਸੀ ਨਾ, ਗਾਲ ਕੱਢੀ, ਮੈਂ ਵੀ ਕੱਢੀ ਬਲਵੀਰ ਨੂੰ, ਕੱਢੀ ਹੈ, ਕਹਿੰਦਾ ਮੈਂ ਕੱਢੀ ਹੈ, ਪਹਿਲਾਂ ਉਹਨੇ ਕੱਢੀ ਹੈ ਫਿਰ ਮੈਂ ਕੱਢੀ ਹੈ, ਉਸ ਤੋਂ ਬਾਅਦ ਫਿਰ ਜੋਰੇ ਨੂੰ ਰੋਕਿਆ, ਠੀਕ ਹੈ। ਜਦੋਂ ਮੇਰੇ ਨਾਲ ਹੁੰਦਾ ਉਦੋਂ ਰੋਕ ਲੈਂਦੇ, ਉਦੋਂ ਡਰ ਲੱਗਦਾ, ਡਰ ਲੱਗਦਾ ਉਦੋਂ, ਜੇ ਬਦਮਾਸ਼ੀ ਕਰਨੀ ਹੈ ਫਿਰ ਜਿਗਰਾ ਵੀ ਤਾਂ ਲੈ ਕੇ ਆਓ, ਜਿਗਰਾ ਗਿੱਦੜ ਵਾਲਾ ਕਿਉਂ ਪਾਲਿਆ ਹੋਇਆ। ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਆਪਾਂ ਇਹ ਲੜਾਈ ਲੜ ਰਹੇ ਹਾਂ ਸਮਾਜ ਦੇ ਵਿੱਚ, ਇਹ ਤਾਂ ਮਾਵਾਂ ਦੇ ਜਵਾਨ ਪੁੱਤ ਬਚਾਉਣ ਦੀ ਲੜਾਈ ਲੜ ਰਹੇ ਹਾਂ। ਜਿਹੜੀਆਂ ਸਾਡੀਆਂ ਭੈਣਾਂ ਨੇ ਉਹਨਾਂ ਦੇ ਸੁਹਾਗ ਜਾ ਰਹੇ ਨੇ ਇਸ ਦੁਨੀਆਂ ਤੋਂ, ਛੋਟੀ ਛੋਟੀ ਉਮਰ ਦੇ ਵਿੱਚ, 25-26 ਸਾਲ ਦੀ ਉਮਰ ਦੇ ਵਿੱਚ ਸਾਡੀਆਂ ਭੈਣਾਂ ਨੇ ਜਿਹੜੀਆਂ, ਉਹ ਬਹੁਤ ਇਸ ਚਿੱਟੇ ਦੇ ਨਸ਼ੇ ਦੇ ਕਰਕੇ, ਜਦੋਂ ਉਹਨਾਂ ਦਾ ਪਤੀ ਮਰ ਜਾਂਦਾ, ਵਿਧਵਾ ਹੋ ਗਈਆਂ, ਬੱਚਾ ਵੀ ਹੁੰਦਾ ਕੋਲ, ਕਿਵੇਂ ਆਪਣੀ ਜ਼ਿੰਦਗੀ ਜੀਣ। ਜੇ ਅਸੀਂ ਨਸ਼ਿਆਂ ਦੇ ਖਿਲਾਫ ਆਪਣੀ ਲੜਾਈ ਲੜ ਰਹੇ ਹਾਂ ਤਾਂ ਇਹਦੇ ਵਿੱਚ ਸਾਡਾ ਪਰਸਨਲ ਕੁਛ ਨਹੀਂ ਹੈਗਾ, ਨਾ ਸਾਡੀ ਪਰਸਨਲ ਕਿਸੇ ਨਾਲ ਕੋਈ ਲੜਾਈ ਹੈ। ਪਰ ਗੱਲ ਇਹ ਹੈ, ਜੋ ਗਲਤ ਹੈ ਉਹ ਗਲਤ ਹੈ, ਜੋ ਠੀਕ ਹੈ ਉਹ ਠੀਕ ਹੈ, ਗਲਤ ਨੂੰ ਹਮੇਸ਼ਾ ਗਲਤ ਕਹਾਂਗੇ ਅਤੇ ਠੀਕ ਨੂੰ ਹਮੇਸ਼ਾ ਠੀਕ ਕਹਾਂਗੇ। ਤੁਸੀਂ ਕਰੋ ਚੰਗੇ ਕੰਮ, ਤੁਸੀਂ ਆਓ ਅੱਗੇ, ਜੇ ਤੁਸੀਂ ਸੱਚੇ ਹੋ, ਤੁਸੀਂ ਨਸ਼ਾ ਜਿਹੜੇ ਵੇਚਣ ਵਾਲੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰਵਾਉਂਦੇ, ਕਿਉਂ ਭਜਾਏ ਹੋਏ ਨੇ ਉਹ, ਉਹਨਾਂ ਦੇ ਪਰਚਾ ਕਰਵਾਓ, ਆਉਂਦੇ ਇਕੱਠ ਦੇ ਵਿੱਚ, ਆਉਂਦੇ ਕਿਉਂ ਨਹੀਂ? ਤੁਸੀਂ ਤਾਂ ਸ਼ਹਿਰ 'ਚ ਜਾ ਕੇ
एक एक दुकान के उत्ते गल कही कि घर नहीं निकलना दुकाना तो नहीं निकलना तुसी इन्हां दे नाल तुरना नहीं नशा बेचण जिहड़े लोग नशे नूं रोक रहे ने उन्हां दे नाल ही नहीं तुरना। मैं तां कहिंदा हैरान हां जिहड़े लोग कल वड्डी गिणती दे विच आए ने उन्हां नूं तां मैं सिर झुका के सलाम करदा पर जिहड़े लोग अज भी इन्हां दे डरते करके दुकाना दे विच बैठे ने उन्हां नूं कहिंदा कि तुसी डरो ना जे तुसी डरोगे पहला भी इन्होंने दुकाना दे विच वड़ के जो जो कीता भास नूं सारा कुछ पता ही है अते फिर तुहाडे कोल पैणगे। सो इसलिए तुहानू इन्हां लोकां दे नाल इन्हां चोरां दे नाल इन्हां लुटेरियां दे नाल लड़न दे लई तुहानू जिगरा रखना पैणा। सो अगर कल नूं मेरे उत्ते जां जोरे दे उत्ते कोई हमला हुंदा मेरे किसी साथी दे उत्ते हुंदा क्योंकि साडी टीम बहुत वड्डी है स्टिंग ऑपरेशन कीता है नशियां दे खिलाफ बहुत जिहड़े यार दोस्त मित्र विच इनवॉल्व सीगे सारे टीम वर्क करदे आ किसी उत्ते भी हमला हुंदा तां साधू धर्मसोत अते उहदे भास वाले रिश्तेदार हंसराज बलबीर सिंह चुन्नी लाल सारा इन्हां दा परिवार इन्हां दे बेटे सारा परिवार वह जिम्मेवार होगा क्योंकि इन्हां ने खुंदक रखी हुई है ते जदों मैं गड्डी आ फिर गड्डी च उतरे नहीं फिर भज गए यह की गल बनी। सो एक गल या कदे डरे आ ना कदे डरना है ठीक है। सो इस वीडियो नूं भरावो थोड़े अगे हथ जोड़ के बेनती है वायरल करना तां जो जिहड़े धर्मसोत ने भासो शहर दे विच अपने रिश्तेदारां द्वारा गुंडागर्दी जिहड़ी करवा रहे ने जिहड़ी गुंडागर्दी धर्मसोत अपने रिश्तेदारां कोलों करवा रहा है उहदे बारे लोकां नूं पता लगे अते पता लगे कि जे अज ते इस समें दे विच कोई नशा रोकण दी गल करूगा तां उहनूं इह लोक मारन दे लई सड़कां ते उतरणगे। फिर इत्थों दा क्लीयर होयो गया कि जो असीं कहिंदे उह सारा कुछ सच है इह तां साफ ही हो गया। सो इन्हां दे चेहरिआं ते इस समें पूरा मैं कहिंदा वी इस समें खिझ आई हुई है इन्हां नूं इह पूरा रो रहे ने इन्हां दे चेहरे ते हसी नहीं रही रोंदे ने हुण इह क्योंकि इन्हां नूं पता है कि जो ये बिट्टू बोल रहा है वह सही है जो भासों शहर दे विच हो रहा है वह भी तुहानूं पता ही है। सो जिहड़े तुसीं कब्जे करदे हो उहदे बारे भी लोकां नूं पता ही है असीं कहिंदा कोई झूठ बोलदे हां जदों एनओसी किसे ने लैनी हुंदी उदों भी पैसे मंगे जांदे सभ नूं पता है थाने च कोई काम करवाउणा है पहलां हंस नूं पैसे देने पैंदे ने साधू ते जवाई नूं सभ नूं ही पता है। सो सारा कुछ जिहड़ा तुसीं कर रहे हो उहदा लोकां नूं पता ही है डराउंदे किहनूं हो खबरदार अगर जोरे नूं किसे ने हत्थ लाया ਤਾਂ ਸਾਧੂ ਧਰਮਸੋਤ ਦੇ ਜਿਹੜੇ ਰਿਸ਼ਤੇਦਾਰ ਨੇ ਭਾਸੋਂ ਦੇ ਵਿੱਚ ਚੁੰਨੀ ਨਾਲ ਕਿਉਂਕਿ ਇਹ ਵੀ ਸ਼ਹਿ ਦਿੰਦਾ ਨਗਰ ਕੌਂਸਲ ਦਾ ਪ੍ਰਧਾਨ ਹੈ ਭਾਸੋਂ ਦਾ। ਸੋ ਇਹ ਸਾਰੇ ਜ਼ਿੰਮੇਵਾਰ ਹੋਣਗੇ ਮੇਰੇ ਉੱਤੇ ਵੀ ਜਿਹੜਾ ਇਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਇਹਦੀ ਰਿਟਨ ਕੰਪਲੇਂਟ ਅਸੀਂ ਥਾਣਾ ਭਾਸੋਂ ਦੇ ਵਿੱਚ ਦੇਵਾਂਗੇ ਅਤੇ ਜਿਹੜੀ ਕਾਰਵਾਈ ਦੀ ਅਸੀਂ ਮੰਗ ਉਹ ਪ੍ਰਸ਼ਾਸਨ ਕੋਲੋਂ ਕਰਾਂਗੇ। ਕਾਰਵਾਈ ਕਿਸੇ ਨੇ ਕਰਨੀ ਹੋਈ ਨਹੀਂ ਸਾਨੂੰ ਪਹਿਲਾਂ ਹੀ ਪਤਾ ਹੈ ਸਰਕਾਰ ਇਹਨਾਂ ਦੀ ਆ ਕਾਰਵਾਈ ਕੁਛ ਨਹੀਂ ਹੋਣੀ ਪਰ ਇੱਕ ਵਾਰ ਅਸੀਂ ਆਪਣੇ ਵੱਲੋਂ ਕੰਪਲੇਂਟ ਜ਼ਰੂਰ ਦੇਵਾਂਗੇ ਅਤੇ ਡੀਐਸਪੀ ਸਾਹਿਬ ਦੇ ਧਿਆਨ ਦੇ ਵਿੱਚ ਇਹ ਮਸਲਾ ਜਿਹੜਾ ਅਸੀਂ ਲਿਆ ਦਿੱਤਾ ਸਾਡੀ ਗੱਲ ਹੋਈ ਆ ਫਾਦਰ ਸਾਹਿਬ ਦੀ ਗੱਲ ਹੋਈ ਆ ਉਹਨਾਂ ਦੇ ਨਾਲ ਠੀਕ ਹੈ ਜੀ ਡੀਐਸਪੀ ਸਾਹਿਬ ਦੇ ਧਿਆਨ ਦੇ ਵਿੱਚ ਮਸਲਾ ਹੈਗਾ ਤੇ ਕੱਲ ਨੂੰ ਆਪਣੇ ਸਾਥੀਆਂ ਦੇ ਨਾਲ ਐਸਐਸਪੀ ਪਟਿਆਲੇ ਨੂੰ ਵੀ ਜਾ ਕੇ ਮਿਲਾਂਗੇ ਉੱਥੇ ਵੀ ਅਸੀਂ ਆਪਣੀ ਗੱਲ ਰੱਖਾਂਗੇ ਕਿ ਜੇ ਅਸੀਂ ਨਸ਼ਾ ਰੋਕਣ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਨਸ਼ਾ ਤਸਕਰਾਂ ਦੁਆਰਾ ਜਿਹੜੇ ਵਿਕਾਉਂਦੇ ਨੇ ਨਸ਼ਾ ਉਹ ਸਾਡੇ ਉੱਤੇ ਹਮਲਾ ਕਰਦੇ ਨੇ ਸਾਡੇ ਪਰਿਵਾਰ ਨੂੰ ਖਤਰਾ ਹੈ ਮੇਰੀ ਜਾਨ ਨੂੰ ਖਤਰਾ ਹੈ ਮੇਰੇ ਦੋਸਤਾਂ ਦੀ ਜਾਨ ਨੂੰ ਖਤਰਾ ਹੈ ਪਰ ਡਰਦੇ ਨਹੀਂ ਹੈਗੇ ਤੁਹਾਡੀਆਂ ਗਿੱਦੜ ਧਮਕੀਆਂ ਤੋਂ ਠੀਕ ਹੈ ਜੀ ਜਿਹੜੀਆਂ ਤੁਸੀਂ ਇੱਥੇ ਆ ਕੇ 20 ਬੰਦੇ ਮਗਰ ਲਾ ਕੇ ਜਿਹੜੀ ਤੁਸੀਂ ਬਦਮਾਸ਼ੀ ਕਰਦੇ ਹੋ ਇਹਨਾਂ ਤੋਂ ਡਰਦੇ ਨਹੀਂ ਹੈਗੇ। ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕਰਨਾ ਤਾਂ ਜੋ ਪਤਾ ਲੱਗ ਸਕੇ ਇਹਨਾਂ ਨੂੰ ਇਹਨਾਂ ਲੋਕਾਂ ਨੂੰ ਪਤਾ ਲੱਗ ਸਕੇ ਜਿਹੜੇ ਲੋਕਾਂ ਦੇ ਪਿੱਛੇ ਆਪਾਂ ਲੜ ਰਹੇ ਹਾਂ ਇਹਨਾਂ ਨੂੰ ਪਤਾ ਹੋਵੇ ਕਿ ਵਰਿੰਦਰ ਬਿੱਟੂ ਦੇ ਨਾਲ ਕੀ ਹੋ ਰਿਹਾ ਹੈ। ਜਦੋਂ ਕੋਈ ਹੁਣ ਪੰਜਾਬ ਦੇ ਲੋਕਾਂ ਦੇ ਭਲੇ ਦੀ ਗੱਲ ਕਰੂਗਾ ਨਾ ਤਾਂ ਉਹਨਾਂ ਦੇ ਖਿਲਾਫ ਹਮਲੇ ਹੋਣੇ ਹੀ ਹੋਣੇ ਨੇ ਪਰ ਅਸੀਂ ਡਰਦੇ ਨਹੀਂ ਅਸੀਂ ਆਪਣੀ ਲੜਾਈ ਤਕੜੇ ਹੋ ਕੇ ਲੜਾਂਗੇ ਅਤੇ ਬਹੁਤ ਹੀ ਜਲਦ ਭਾਸੋਂ ਸ਼ਹਿਰ ਦੇ ਵਿੱਚ ਭੁੱਖ ਹੜਤਾਲ ਤੇ ਬੈਠਾਂਗੇ ਅਸੀਂ ਭੁੱਖ ਹੜਤਾਲ ਤੇ ਅਤੇ ਆਹ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਵਾ ਕੇ ਹਟੂ ਅਗਰ ਮਰਨ ਵਰਤ ਤੇ ਵੀ ਬੈਠਣਾ ਪੈ ਗਿਆ ਮਰਨ ਵਰਤ ਤੇ ਵੀ ਬੈਠੂ। ਸੋ ਭਰਾਓ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨਾ ਪ੍ਰਸ਼ਾਸਨ ਨੂੰ ਵੀ ਪਤਾ ਲੱਗੇ ਪੂਰੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਕਿ ਸਾਧੂ ਧਰਮਸੋਤ ਹੈ ਜਿਹੜਾ ਕੈਬਨਿਟ ਮੰਤਰੀ ਪੰਜਾਬ ਉਹ ਆਪਣੇ ਗੁੰਡਿਆਂ ਦੁਆਰਾ ਆਪਣੇ ਰਿਸ਼ਤੇਦਾਰਾਂ ਦੁਆਰਾ ਕੀ ਕਰਵਾ ਰਿਹਾ। ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।